ਸਤਿ ਸ਼੍ਰੀ ਅਕਾਲ ਦੋਸਤੋ, ਬਸ 5 ਮਿੰਟ ਵਿੱਚ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਇਸ ਤੋਂ ਪਹਿਲਾਂ ਕਿ ਮੈਂ ਅੱਜ ਨਵਾਂ ਐਪੀਸੋਡ ਸ਼ੁਰੂ ਕਰਾਂ, ਤੁਹਾਡੇ ਤੋਂ ਮੈਂ ਖਿਮਾ ਯਾਚਕ ਹਾਂ, ਮਾਫ਼ੀ ਮੰਗਦਾ ਕਿ ਮੈਂ ਕੁਛ ਦਿਨ ਐਬਸੈਂਟ ਰਿਹਾ, ਕੁਛ ਪਰਸਨਲ ਕਾਰਨ ਕਰਕੇ ਮੈਂ ਰਿਕਾਰਡਿੰਗ ਨਹੀਂ ਕਰ ਸਕਿਆ ਸਾਂ। ਚਲੋ ਅੱਜ ਤੋਂ ਫਿਰ ਵਾਪਸੀ ਤੁਹਾਡੇ ਨਾਲ ਨਿੱਤ ਮੁਲਾਕਾਤ ਹੋਇਆ ਕਰੇਗੀ, ਨਵੇਂ ਨਵੇਂ ਐਪੀਸੋਡਸ ਦੇ ਨਾਲ, ਨਵੇਂ ਨਵੇਂ ਵਿਸ਼ਿਆਂ 'ਤੇ, ਨਵੀਆਂ ਨਵੀਆਂ ਗੱਲਬਾਤਾਂ ਲੈ ਕੇ। ਚਲੋ ਅੱਜ ਮੈਂ ਇੱਕ ਗੱਲ ਕਰਨ ਲੱਗਿਆ ਤੁਹਾਡੇ ਨਾਲ ਨੰਬਰ ਦੀ। ਕਈ ਲੋਕ ਨਿਊਮਰੋਲੋਜੀ 'ਚ ਵਿਸ਼ਵਾਸ ਰੱਖਦੇ ਨੇ ਅਤੇ ਉਹਨਾਂ ਦੀ ਹੁੰਦੀ ਹੈ ਕਿ ਇਹ ਨੰਬਰ ਮੇਰੇ ਲਈ ਲੱਕੀ ਹੈ, ਕਿਸੇ ਲਈ 7 ਚੰਗਾ ਹੁੰਦਾ, ਕਿਸੇ ਲਈ 9 ਚੰਗਾ ਹੁੰਦਾ, ਕਿਸੇ ਲਈ 5 ਚੰਗਾ ਹੁੰਦਾ, ਕਿਸੇ ਲਈ 3, ਕਿਸੇ ਲਈ 11, ਕਿਸੇ ਲਈ, ਮਤਲਬ ਹਰ ਕਿਸੇ ਦਾ ਆਪਣੇ ਹੀ ਪਸੰਦ ਇੱਕ ਨੰਬਰ ਹੁੰਦਾ ਹੈ। ਕਈਆਂ ਨੂੰ ਤਾਂ ਜਿਹੜੇ ਨਿਊਮਰੋਲੋਜੀ 'ਚ ਵਿਸ਼ਵਾਸ ਕਰਦੇ ਨੇ ਅਤੇ ਉਹ ਤਾਂ ਸੋਚਦੇ ਨੇ ਇੱਕ ਨੰਬਰ ਉਹਨਾਂ ਦੇ ਲਈ, ਜਦੋਂ ਉਹ ਨੰਬਰ ਆਏਗਾ ਤਾਂ ਉਹਨਾਂ ਦਾ ਲੱਕੀ ਦਿਨ ਹੋਏਗਾ। ਅਤੇ ਮੇਰੇ ਕੁਲੀਗ ਸਨ ਬੜੇ ਪਿਆਰੇ ਟ੍ਰਿਬਿਊਨ ਵਿੱਚ, ਬਹੁਤ ਹੀ ਪੜ੍ਹੇ ਲਿਖੇ, ਬੜੇ ਹੀ ਇਮਾਨਦਾਰ ਔਰ ਬਹੁਤ ਹੀ ਦਿਲਚਸਪ ਇਨਸਾਨ। ਉਸ ਜ਼ਮਾਨੇ ਵਿੱਚ ਉਹ ਪਹਿਲੇ PhD ਸਨ ਜਿਨ੍ਹਾਂ ਨੇ ਟ੍ਰਿਬਿਊਨ ਦੇ ਡੈਸਕ 'ਤੇ, ਯਾਨੀ ਜਿਹੜਾ ਨਿਊਜ਼ ਰੂਮ ਹੁੰਦਾ ਉੱਥੇ ਕੰਮ ਕੀਤਾ, ਅਤੇ ਉਹਨਾਂ ਦਾ ਨਾਂ ਸੀ ਡਾਕਟਰ ਐਜ਼ਰਾ ਮਰਚੈਲਸ ਡੈਨੀਅਲ। ਉਹ ਬੇਸਿਕਲੀ ਤਾਂ ਮਾਝੇ ਤੋਂ ਆਉਂਦੇ ਸਨ ਅਤੇ ਪੰਜਾਬ ਯੂਨੀਵਰਸਿਟੀ ਤੋਂ ਹੀ ਉਹਨਾਂ ਨੇ PhD ਕੀਤੀ ਸੀ ਫਿਲੋਸਫੀ ਵਿੱਚ, ਅਤੇ ਟ੍ਰਿਬਿਊਨ ਜੁਆਇਨ ਕਰਨ ਤੋਂ ਪਹਿਲਾਂ ਉਹ ਡਾਕਟਰ ਬਣ ਗਏ ਸਨ। ਬੜਾ ਖੁਸ਼ ਤਬੀਅਤ ਇਨਸਾਨ, ਟੈਨਿਸ ਦਾ ਬਹੁਤ ਇੱਕ ਚੰਗਾ ਫੈਨ, ਚੰਗਾ ਟੈਨਿਸ ਦਾ ਜਰਨਲਿਸਟ, ਟੈਨਿਸ ਦੇ ਅਕਸਰ ਉਹ ਸਾਰੇ ਮੇਜਰ ਟੂਰਨਾਮੈਂਟ ਟ੍ਰਿਬਿਊਨ ਲਈ ਡਾਕਟਰ ਡੈਨੀਅਲ ਹੀ ਕਵਰ ਕਰਿਆ ਕਰਦੇ ਸਨ। ਅਤੇ ਮੇਰੇ ਨਾਲ ਬਹੁਤ ਨੇੜਤਾ ਸੀ ਅਤੇ ਬਹੁਤ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਸਨ ਜਿਹੜੀਆਂ ਕਿ ਯਾਦ ਕੀਤੀਆਂ ਵੀ ਭੁਲਾਈਆਂ ਨਹੀਂ ਜਾ ਸਕਦੀਆਂ। ਬੇਸ਼ੱਕ ਡਾਕਟਰ ਡੈਨੀਅਲ ਸਾਡੇ ਵਿੱਚ ਤਾਂ ਨਹੀਂ ਰਹੇ ਕੁਛ ਵਰੇ ਪਹਿਲਾਂ, ਉਹ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੀ ਧਰਮ ਪਤਨੀ ਅੱਜ ਕੱਲ੍ਹ ਓਟਵਾ 'ਚ ਨੇ ਅਤੇ ਉਹਨਾਂ ਦੇ ਬੱਚੇ ਵੀ ਓਟਵਾ 'ਚ ਨੇ, ਅਤੇ ਮੇਰੀ ਉਹਨਾਂ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ। ਔਰ ਡਾਕਟਰ ਡੈਨੀਅਲ ਨਾਲ ਵੀ ਜਦੋਂ ਟ੍ਰਿਬਿਊਨ ਛੱਡ ਕੇ ਕੈਨੇਡਾ ਚਲੇ ਗਏ ਸਨ ਤਾਂ ਮੇਰੇ ਨਾਲ ਉਹਨਾਂ ਦਾ ਲਗਾਤਾਰ ਰਾਬਤਾ ਬਣਿਆ ਰਹਿੰਦਾ ਸੀ। ਅਤੇ ਗੱਲ ਹੈ 84 ਦੀ, ਮੈਨੂੰ ਡਾਕਟਰ ਸਾਹਿਬ ਨੇ ਇੱਕ ਦਿਨ ਫੋਨ ਕੀਤਾ, ਕਰਫਿਊ ਲਗਭਗ ਲੱਗ ਗਿਆ ਸੀ ਔਰ ਆਪਰੇਸ਼ਨ ਬਲੂ ਸਟਾਰ ਦਾ ਦੁਖਾਂਤ ਦਾ ਸ਼ੁਰੂਆਤ ਹੋ ਚੁੱਕੀ ਸੀ, ਫੌਜਾਂ ਪੰਜਾਬ ਵਿੱਚ ਡਿਪਲੋਏ ਹੋ ਚੁੱਕੀਆਂ ਸਨ ਔਰ ਸੜਕਾਂ ਬਿਲਕੁਲ ਆਵਾਜਾਈ ਠੱਪ ਹੋ ਗਈ ਸੀ, ਟੋਟਲ ਕਰਫਿਊ ਲੱਗ ਗਿਆ ਸੀ। ਮੈਨੂੰ ਡਾਕਟਰ ਸਾਹਿਬ ਦਾ ਫੋਨ ਆਇਆ ਕਿ ਪ੍ਰਭਜੋਤ ਯਾਰ ਤੇਰੀ ਕਾਰ ਚਾਹੀਦੀ ਹੈ ਮੈਨੂੰ। ਮੈਂ ਡਾਕਟਰ ਸਾਹਿਬ ਕਾਰ ਕਾਹਦੇ ਲਈ, ਕਾਰ ਕੀ ਕਰਨੀ, ਅੱਜ ਕੱਲ੍ਹ ਤਾਂ ਕਾਰਾਂ ਤਾਂ ਕਿ ਸਾਈਕਲ ਵੀ ਸੜਕ 'ਤੇ ਨਹੀਂ ਚੱਲ ਸਕਦਾ, ਕਾਰ ਕੀ ਕਰੋਗੇ। ਉਹ ਨਹੀਂ ਯਾਰ ਮੇਰਾ ਵਿਆਹ ਹੈ ਅਤੇ ਮੈਂ ਤੇਰੀ ਕਾਰ 'ਚ ਜਾਣਾ ਵਿਆਹ ਕਰਾਉਣ। ਮੈਂ ਕਿਹਾ ਜੀ ਕਰਫਿਊ 'ਚ ਕਿੱਥੇ ਜਾਣਾ ਤੁਸੀਂ? ਡਾਕਟਰ ਸਾਹਿਬ ਕਹਿਣ ਲੱਗੇ ਕਿ ਮੈਂ ਜਾਣਾ ਪਠਾਨਕੋਟ। ਅਤੇ ਮੈਂ ਕਿਹਾ ਜੀ ਪੰਜਾਬ ਸਾਰੇ ਤਾਂ ਕਰਫਿਊ ਹੈ। ਉਹ ਕਹਿੰਦੇ ਨਹੀਂ, ਮੇਰੇ ਬ੍ਰਦਰ ਲਾਅ ਨੇ, ਆਰਮੀ 'ਚ ਅਫਸਰ ਨੇ, ਮੇਜਰ ਨੇ, ਮੇਜਰ ਟੀਂਗਰਾ, ਉਹ ਡਰਾਈਵ ਕਰਨਗੇ ਅਤੇ ਅਸੀਂ ਜਾਵਾਂਗੇ। ਅਸੀਂ ਵਾਇਆ ਪੰਜਾਬ ਤਾਂ ਨਹੀਂ ਜਾਂਦੇ, ਅਸੀਂ ਵਾਇਆ ਹਿਮਾਚਲ ਜਾਵਾਂਗੇ। ਇੱਥੋਂ ਪਿੰਜੌਰ ਗਾਰਡਨ ਤੋਂ ਅਸੀਂ ਵਾਇਆ ਹਿਮਾਚਲ ਹੋ ਜਾਵਾਂਗੇ, ਉੱਥੇ ਪਠਾਨਕੋਟ ਪਹੁੰਚ ਜਾਵਾਂਗੇ। ਅਤੇ ਇੱਥੇ ਥੋੜ੍ਹਾ ਜਿਹਾ ਜਿਹੜਾ ਇਲਾਕਾ ਟੈਰੀਟਰੀ ਹੈ ਉਹ ਮੇਜਰ ਢੀਂਗਰਾ ਨੇ, ਬਿਕੋਜ਼ ਹੀ ਇਜ਼ ਐਨ ਆਰਮੀ ਆਫਿਸਰ, ਉਹਨਾਂ ਨੇ ਐਗਜ਼ਾਮਿਸ਼ਨ ਲੈ ਕੇ ਅਤੇ ਇੱਕ ਪਾਸ ਲੈ ਲਿਆ।
ਅਤੇ ਮੈਂ ਕਿਹਾ ਜੀ ਬਿਲਕੁਲ ਮੋਸਟ ਵੈਲਕਮ, ਮੇਰੀ ਕਾਰ ਤੁਸੀਂ ਲੈ ਜਾਓ। ਮੇਰੇ ਕੋਲ ਫੀਐਟ ਕਾਰ ਹੁੰਦੀ ਸੀ, PJK 22, ਹਾਲੇ ਬਿਲਕੁਲ ਬ੍ਰੈਂਡ ਨਿਊ ਸੀ, ਮੈਂ 83 'ਚ ਹੀ ਐਂਡ ਆਫ 83 ਖਰੀਦੀ ਸੀ। ਅਤੇ ਉਹ ਡਾਕਟਰ ਸਾਹਿਬ ਉਹਨਾਂ ਦੇ ਬ੍ਰਦਰ ਲਾ ਆਏ ਅਤੇ ਉਹ ਕਾਰ ਲੈ ਕੇ ਚਲੇ ਗਏ। ਵਿਆਹ ਕਰਕੇ ਆ ਗਏ ਤਾਂ ਬਹੁਤ ਖੁਸ਼, ਵਿਆਹ ਹੋ ਗਿਆ, ਸਭ ਕੁਝ ਠੀਕ ਠਾਕ ਹੋ ਗਿਆ, ਕਿਤੇ ਕੋਈ ਪ੍ਰੋਬਲਮ ਨਹੀਂ ਆਈ। ਅਤੇ ਮੈਨੂੰ ਕਹਿਣ ਲੱਗੇ, ਮੈਂ ਕਿਹਾ ਡਾਕਟਰ ਸਾਹਿਬ ਠੀਕ ਹੋ ਗਿਆ, ਬਹੁਤ ਵਧੀਆ ਹੋ ਗਿਆ, ਮੈਂ ਕਰਫਿਊ 'ਚ ਕਿਤੇ ਵੀ ਪ੍ਰੋਬਲਮ ਨਹੀਂ ਆਈ? ਕਹਿੰਦਾ ਨਹੀਂ, ਬਿਲਕੁਲ ਨਹੀਂ ਆਈ। ਕਹਿੰਦੇ ਮੈਂ ਤਾਂ ਦੇਖੋ, ਜਿਹੜੇ ਲੋਕਾਂ ਲਈ ਚੀਜ਼ਾਂ ਹੁੰਦੀਆਂ ਨੇ ਉਹ ਮੇਰੇ ਲਈ ਨਹੀਂ ਹੁੰਦੀਆਂ। ਮੈਂ ਜੀ ਉਹ ਕਿੱਦਾਂ? ਕਹਿੰਦੇ ਲੋਕ ਕੋਈ ਵੀ 420 ਨੰਬਰ ਚੰਗਾ ਨਹੀਂ ਸਮਝਦੇ, ਅਤੇ ਮੇਰਾ ਇਹ ਬੜਾ ਲੱਕੀ ਨੰਬਰ ਆ 420। ਅਤੇ ਮੈਂ ਕਿਹਾ ਜੀ 420 ਦੀ ਤਾਂ ਕੋਈ ਗੱਲ ਹੋਈ ਨਹੀਂ ਇਹਦੇ ਵਿੱਚ। ਕਹਿੰਦੇ ਨਹੀਂ, ਮੈਂ ਤਾਂ ਦੱਸ ਰਿਹਾ ਕਿ ਲੋਕਾਂ ਲਈ ਕਰਫਿਊ ਹੋਏਗਾ, ਸਭ ਕੁਝ ਹੋਏਗਾ, ਪਰ ਮੇਰੇ ਲਈ ਨਹੀਂ ਸੀ। ਮੈਂ ਤਾਂ ਆਰਾਮ ਨਾਲ ਗਿਆ ਅਤੇ ਸਾਡਾ ਵਿਆਹ ਕਰਕੇ ਉੱਥੋਂ ਆਇਆ ਬਟਾਲੇ ਤੋਂ, ਅਤੇ ਮੈਨੂੰ ਕੋਈ ਸਮੱਸਿਆ ਨਹੀਂ ਹੋਈ। ਹਾਂ, ਤੂੰ ਮੇਰੀ ਇੱਕ ਮਦਦ ਕਰ। ਮੈਂ ਕਿਹਾ ਹਾਂਜੀ। ਤੂੰ ਕਹਿੰਦਾ ਉਸ ਵੇਲੇ ਦੇ ਐਡੀਟਰ ਸਾਹਿਬ ਸੀਗੇ ਮਿਸਟਰ ਪ੍ਰੇਮ ਭਾਟੀਆ, ਕਿ ਮਿਸਟਰ ਭਾਟੀਆ ਨੂੰ ਰਿਕੁਐਸਟ ਕਰ ਕਿ ਮੈਨੂੰ ਨਾ ਸਕੂਟਰ ਲੈ ਦੇ। ਮੈਂ ਸਕੂਟਰ ਕਿੱਦਾਂ ਮਿਲ ਸਕਦਾ? ਸਕੂਟਰ ਦੀ ਤਾਂ ਲਾਈਨ ਬੜੀ ਲੰਬੀ ਆ, 12-15 ਸਾਲ ਤੋਂ ਘੱਟ ਤਾਂ ਵੇਟ ਨਹੀਂ ਹੈ ਵੈਸਪਾ ਬਜਾਜ ਦੀ। ਅਤੇ ਅਸੀਂ ਦੋਨੇ ਜਣੇ, ਜਿਹੜਾ ਡਿਸਟ੍ਰੀਬਿਊਟਰ ਸੀ ਚੰਡੀਗੜ੍ਹ ਵਿੱਚ ਹਿੰਦ ਮੋਟਰ, ਉੱਥੇ ਚਲੇ ਗਏ। ਉਹਨੇ ਸਾਨੂੰ ਇੱਕ ਵੇ ਆਊਟ ਦਿੱਤਾ ਸਕੂਟਰ ਦਾ। ਉਹ ਕਹਿੰਦੇ ਤੁਸੀਂ ਮਿਸਟਰ ਪ੍ਰੇਮ ਭਾਟੀਆ ਤੋਂ ਇੱਕ ਚਿੱਠੀ ਲਿਖਾਓ ਮਿਸਟਰ ਰਾਹੁਲ ਬਜਾਜ ਨੂੰ, ਅਤੇ ਤੁਹਾਨੂੰ ਸਕੂਟਰ ਮਿਲ ਜਾਏਗਾ। ਸੋ ਮੈਨੂੰ ਡਾਕਟਰ ਡੈਨੀਅਲ ਕਹਿੰਦੇ, ਪ੍ਰਭ ਤੂੰ ਕਹਿ ਭਾਟੀਆ ਸਾਹਿਬ ਨੂੰ। ਮੈਂ ਚੰਗਾ ਜੀ। ਮੈਂ ਕਹਿ ਦੇਣਾ, ਮੈਂ ਮਿਸਟਰ ਭਾਟੀਆ ਕੋਲ ਗਿਆ। ਮੈਂ ਕਿਹਾ ਜੀ, ਆਪਣਾ ਕੁਲੀਗ ਆ ਅਤੇ ਨਵਾਂ ਨਵਾਂ ਵਿਆਹ ਹੋਇਆ, ਅਤੇ ਇਹਦੀ ਵਾਈਫ ਬਰੂਨੀ ਟੀਚਰ ਹੈ, ਅਤੇ ਇਹਨੂੰ ਸਕੂਟਰ ਚਾਹੀਦਾ। ਇਹ ਹੁਣ ਇੰਨੀ ਦੂਰੋਂ ਆਉਂਦਾ ਯੂਨੀਵਰਸਿਟੀ ਤੋਂ ਟ੍ਰਿਬਿਊਨ 'ਚ, ਤੁਹਾਨੂੰ ਪਤਾ ਹੀ ਹੈ, 12-15 ਕਿਲੋਮੀਟਰ ਰਾਤ ਦੀ ਡਿਊਟੀ ਕਰਕੇ ਜਾਣਾ, ਸੋ ਕਈ ਵਾਰੀ ਟਰਾਂਸਪੋਰਟ ਨਹੀਂ ਮਿਲਦੀ। ਕਹਿੰਦੇ ਪੱਕਾ ਹੈ ਨਾ, ਮੇਰੀ ਬੇਇੱਜ਼ਤੀ ਤਾਂ ਨਹੀਂ ਕਰਾ ਦੇਗਾ ਜੇ ਮੈਂ ਚਿੱਠੀ ਲਿਖੀ ਅਤੇ ਉਹ ਜਵਾਬ ਹੀ ਨਾ ਦੇਵੇ? ਮੈਂ ਕਿਹਾ ਨਹੀਂ ਜੀ, ਜਵਾਬ ਦੇਗਾ, ਜ਼ਰੂਰ ਦੇਗਾ, ਤੁਸੀਂ ਚਿੱਠੀ ਲਿਖੋ। ਉਹਨਾਂ ਨੇ ਇੱਕ ਪੈਰੇ ਦੀ ਚਿੱਠੀ ਲਿਖੀ ਮਿਸਟਰ ਰਾਹੁਲ ਬਜਾਜ ਨੂੰ ਕਿ ਮੇਰਾ ਇਸ ਤਰ੍ਹਾਂ ਦਾ ਇੱਕ ਟ੍ਰਿਬਿਊਨ ਦਾ ਇੰਪਲੋਈ ਹੈ, ਸਬ ਐਡੀਟਰ ਹੈ, ਪੜ੍ਹਿਆ ਲਿਖਿਆ ਡਾਕਟਰ ਹੈ, ਉਹਨੂੰ ਸਕੂਟਰ ਚਾਹੀਦਾ। ਅਤੇ ਉਹ ਇੰਨੀ ਲੰਬੀ ਟਰਨ ਬੁਕਿੰਗ ਤਾਂ ਉਹਨੇ ਕਰਾਈ, ਪਰ ਬਹੁਤ ਲੰਬੀ ਵੇਟ ਹੈ, 18-19 ਸਾਲ ਲੱਗ ਜਾਣੇ ਆ। ਤਾਂ ਹਫ਼ਤੇ 'ਚ ਚਿੱਠੀ ਆ ਗਈ ਅਲੋਟਮੈਂਟ ਦੀ ਕਿ ਬਜਾਜ ਕੱਪ ਸਕੂਟਰ ਅਲੋਟਿਡ। ਅਤੇ ਮੈਨੂੰ ਡਾਕਟਰ ਸਾਹਿਬ ਕਹਿੰਦੇ, ਹੁਣ ਆ ਸਕੂਟਰ ਆ ਗਿਆ, ਚਿੱਠੀ ਆ ਗਈ ਹੈ, ਅਤੇ ਆਪਾਂ ਡਿਲੀਵਰੀ ਲੈਣ ਚੱਲੀਏ। ਮੈਂ ਚਲੋ ਡਿਲੀਵਰੀ ਲੈਣ ਗਏ ਅਤੇ ਉੱਥੇ ਉਹਨਾਂ ਨੇ ਕਿਹਾ ਜੀ ਰਜਿਸਟਰ ਕਰਾ ਲਓ। ਅਸੀਂ ਰਜਿਸਟ੍ਰੇਸ਼ਨ ਕਰਾਉਣ ਚਲੇ ਗਏ। ਉੱਥੇ ਉਹਨਾਂ ਨੇ ਪਹਿਲਾਂ ਹੀ ਪੁੱਛਿਆ, ਇਹ 420 ਨੰਬਰ ਅਵੇਲੇਬਲ ਹੈ? ਉਹਨੇ ਕਿਹਾ ਹਾਂਜੀ, ਬਿਲਕੁਲ ਅਵੇਲੇਬਲ ਹੈ, ਲੱਕੀਲੀ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ, ਕੋਈ ਨੰਬਰ ਲੈ ਨਹੀਂ ਰਿਹਾ। ਸੋ ਐਜ਼ਰਾ ਡੈਨੀਅਲ ਨੇ 420 ਨੰਬਰ, CSC 420 ਨੰਬਰ ਲੈ ਲਿਆ। ਬੜੇ ਖੁਸ਼ ਕਿ ਮੇਰੇ ਪਸੰਦ ਦਾ ਨੰਬਰ ਮੈਨੂੰ ਮਿਲ ਗਿਆ। ਤਾਂ 2 ਦਿਨ ਬਾਅਦ ਹੀ ਮੈਨੂੰ ਕਹਿਣ ਲੱਗੇ, ਯਾਰ ਮੇਰਾ ਇੱਕ ਖਾਤਾ ਵੀ ਖੁਲਾ ਦੇ ਬੈਂਕ ਵਿੱਚ, ਤੇਰੀ ਕੋਈ ਵਾਕਫੀਅਤ ਹੈ? ਮੈਂ ਕਿਹਾ ਪੰਜਾਬ ਐਂਡ ਸਿੰਧ ਬੈਂਕ 'ਚ ਖੁਲਾ ਦੇਣੇ 17 'ਚ। ਮੈਂ ਉਹਨਾਂ ਨੂੰ 17 'ਚ ਲੈ ਗਿਆ, ਉੱਥੇ ਮਿਸਟਰ ਮਨਜੀਤ ਸਾਰੰਗ ਸੀਗੇ। ਮੈਂ ਉਹਨਾਂ ਨੂੰ ਕਿਹਾ ਜੀ ਅਕਾਊਂਟ ਖੋਲ੍ਹਣਾ। ਕਹਿੰਦੇ ਤੁਸੀਂ ਗਵਾਹੀ ਪਾ ਦਿਓ, ਅਕਾਊਂਟ ਖੋਲ੍ਹ ਦਿੰਦੇ ਹਾਂ। ਅਤੇ ਮੈਨੂੰ ਡੈਨੀਅਲ, ਡਾਕਟਰ ਡੈਨੀਅਲ ਮੇਰੇ ਕੰਨ 'ਚ ਪੁੱਛਦੇ, ਪੁੱਛੋ ਜੀ 420 ਨੰਬਰ ਮਿਲ ਜਾਏ ਅਕਾਊਂਟ ਨੰਬਰ। ਅਤੇ ਮੈਂ ਮਿਸਟਰ ਮਨਜੀਤ ਸਾਰੰਗ ਨੂੰ ਗਿਆ, ਦੇਖੋ ਯਾਰ 420 ਖਾਲੀ ਪਿਆ। ਕਹਿੰਦੇ ਇਹ ਤਾਂ ਕੋਈ ਲੈਂਦਾ ਹੀ ਨਹੀਂ। ਹਾਂ, ਬਿਲਕੁਲ ਖਾਲੀ ਆ। ਸੋ ਐਜ਼ਰਾ ਡੈਨੀਅਲ ਨੇ 420 ਨੰਬਰ ਅਕਾਊਂਟ ਲੈ ਲਿਆ, ਸਕੂਟਰ 420, ਅਤੇ ਅਕਾਊਂਟ ਨੰਬਰ, ਸੇਵਿੰਗ ਬੈਂਕ ਅਕਾਊਂਟ ਨੰਬਰ 420, ਪੰਜਾਬ ਐਂਡ ਸਿੰਧ ਬੈਂਕ। ਫਿਰ 2 ਗੱਲਾਂ ਹੋ ਗਈਆਂ, ਸਕੂਟਰ ਮਿਲ ਗਿਆ, ਸ਼ਾਦੀ ਹੋ ਗਈ, 420 ਨੰਬਰ, ਅਕਾਊਂਟ ਨੰਬਰ ਮਿਲ ਗਿਆ। ਫਿਰ ਉਹ ਮਕਾਨ ਲੱਭਣ ਲੱਗੇ ਕਿ ਹੁਣ ਮੈਂ ਯੂਨੀਵਰਸਿਟੀ ਛੱਡ ਕੇ ਬਾਹਰ ਆ ਕੇ ਰਹਿਣਾ। 35 'ਚ ਉਹਨਾਂ ਨੇ ਇੱਕ ਮਕਾਨ ਦੇਖਿਆ, ਅਤੇ ਮਕਾਨ ਜਿਹੜਾ ਨੰਬਰ ਸੀ ਜਿੱਥੇ ਉਹਨਾਂ ਨੂੰ ਪਸੰਦ ਆਇਆ, 1 ਰੂਮ ਯੂਨਿਟ ਅਵੇਲੇਬਲ ਸੀ, ਉਹ ਸੀ 420। 35 ਵਿੱਚ 420,
ਸੋ ਇਹ ਸਟੋਰੀ ਸੀ ਐਜ਼ਰਾ ਮਾਰਚੈਲਿਸ ਡੈਨੀਅਲ ਦੀ, ਕਿ ਜਿਹੜਾ ਨੰਬਰ ਲੋਕ ਸੋਚਦੇ ਨੇ ਮਜ਼ਾਕ ਨਾਲ, ਜਾਂ 400 BC ਹੈ ਨਾ, ਵੀ ਇਹ ਜ਼ਰੂਰ ਹੇਰਾ ਫੇਰੀ ਜਾਂ ਬੇਈਮਾਨੀ ਜਾਂ ਇਹਦੇ ਨਾਲ ਜੁੜਿਆ ਇੱਕ ਨੰਬਰ ਹੈ, ਪਰੰਤੂ ਡਾਕਟਰ ਐਜ਼ਰਾ ਮਾਰਚੈਲਿਸ ਡੈਨੀਅਲ ਲਈ ਇਹ ਇੱਕ ਨੰਬਰ ਅਜਿਹਾ ਸੀ ਕਿ ਉਹਨਾਂ ਲਈ ਬਹੁਤ ਹੀ ਲੱਕੀ, ਔਰ ਹਰ ਕੰਮ ਵਿੱਚ ਉਹਨਾਂ ਨੇ 420 ਲਿਆ ਅਤੇ ਹਰ ਕੰਮ ਵਿੱਚ ਉਹਨਾਂ ਨੂੰ ਬੜੀ ਸਫਲਤਾ ਮਿਲੀ। ਸੋ ਮੈਂ ਸੋਚਿਆ ਤੁਹਾਡੇ ਨਾਲ ਅੱਜ 420 ਦੀ ਕਹਾਣੀ ਵੀ ਸ਼ੇਅਰ ਕਰਾਂ, ਕਿੱਦਾਂ 420 ਜਿਹੜਾ ਨੰਬਰ ਕੋਈ ਲੈਂਦਾ ਹੀ ਨਹੀਂ ਸੀ, ਔਰ ਉਹਨਾਂ ਨੇ ਉਹ ਲੈ ਕੇ ਇੱਕ ਆਪਣਾ ਅਲੱਗ ਜਿਹਾ ਨਾਮ ਬਣਾਇਆ। ਉਹਨਾਂ ਸਭ ਕਹਿੰਦੇ ਔਰ ਡਾਕਟਰ ਡੈਨੀਅਲ 420 ਵਾਲੇ। ਸੋ ਜੀ ਹਾਂ, ਉਹ ਸੀ ਡਾਕਟਰ ਐਜ਼ਰਾ ਡੈਨੀਅਲ 420 ਨੰਬਰ ਵਾਲੇ, ਅਤੇ ਹੁਣ ਤਾਂ ਸਾਡੇ ਵਿੱਚ ਨਹੀਂ ਰਹੇ, ਲੇਕਿਨ ਉਹਨਾਂ ਦੀ ਯਾਦਾਂ, ਉਹਨਾਂ ਦੇ ਕੰਮ, ਬਿਕਾਜ਼ ਉਹ ਬਹੁਤ ਇਮਾਨਦਾਰ, ਇੱਕ ਪ੍ਰੋਫੈਸ਼ਨਲ ਕੰਪੀਟੈਂਟ ਇਨਸਾਨ ਸਨ, ਬਹੁਤ ਹੀ ਪਿਆਰ ਵਾਲੇ, ਜਿਹਦੇ ਨਾਲ ਦੋਸਤੀ ਤਾਂ ਪੂਰੀ ਦੋਸਤੀ, ਕੋਈ ਕੰਮ ਉਹਨਾਂ ਨੇ ਕਰਨਾ ਤਾਂ ਉਹ ਖੁਸ਼ ਤਬੀਅਤ। ਔਰ ਉਸ ਤੋਂ ਬਾਅਦ ਜਦੋਂ ਇੰਡੀਆ ਛੱਡ ਕੇ ਉਹ ਕੈਨੇਡਾ ਚਲੇ ਗਏ, ਉਹਨਾਂ ਦੀ ਵਾਈਫ ਨੂੰ ਇਮੀਗ੍ਰੇਸ਼ਨ ਮਿਲ ਗਈ ਤਾਂ ਡਾਕਟਰ ਡੈਨੀਅਲ ਨੂੰ ਵੀ ਮਿਲ ਗਈ, ਉੱਥੇ ਜਾ ਕੇ ਉਹ ਚੰਗੀ ਜੋਬਸ 'ਤੇ ਰਹੇ, ਔਰ ਆਟਵਾ ਵਿੱਚ ਵੀ ਗਵਰਨਮੈਂਟ ਜੋਬ 'ਤੇ ਸਨ, ਅਤੇ ਜਦੋਂ ਉਹਨਾਂ ਦਾ ਦੇਹਾਂਤ ਹੋਇਆ, ਚਲੋ ਕਾਫੀ ਲੰਬੇ ਸਮੇਂ ਦੀ ਗੱਲ ਹੈ, ਪਰ ਅੱਜ ਡਾਕਟਰ ਡੈਨੀਅਲ ਨੂੰ ਯਾਦ ਕਰਦੇ ਹਾਂ, ਔਰ 420 ਦੀ ਗੱਲ ਯਾਦ ਕਰਦੇ ਹਾਂ, ਨੰਬਰਾਂ ਦੀ ਗੱਲ ਯਾਦ ਕਰਦੇ ਹਾਂ, ਮੈਂ ਕਿਹਾ ਚਲੋ ਤੁਹਾਡੇ ਨਾਲ ਕੁਛ ਪਲ ਸਾਂਝੇ ਕਰਾਂਗੇ, ਫਿਰ ਆਉਂਦੇ ਦਿਨਾਂ ਵਿੱਚ ਕਿਸੇ ਹੋਰ ਇੰਟਰਸਟਿੰਗ ਵਿਸ਼ਨ ਲੈ ਕੇ ਫਿਰ ਰੂਬਰੂ ਹੋਵਾਂਗਾ। ਤਦ ਤੱਕ ਇਜਾਜ਼ਤ ਦਿਓ, ਖੁਸ਼ ਰਹੋ, ਸਲਾਮਤ ਰਹੋ।